ਹੈਲੋ ਸਟੂਡੈਂਟਸ ਵੈਲਕਮ ਹੈ ਤੁਹਾਡੇ ਸਾਰਿਆਂ ਦਾ ਤੁਹਾਡੇ ਇਸ ਆਪਣੇ ਚੈਨਲ ਸਟੱਡੀ ਪੁਆਇੰਟ 44 ਦੇ ਵਿੱਚ ਹਾਂਜੀ ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਜੀਕੇ ਦੇ ਨਾਲ ਰਿਲੇਟਡ ਕੁਝ ਮਹੱਤਵਪੂਰਨ ਐਮਸੀਕਿਊ ਡਿਸਕਸ ਕਰਾਂਗੇ ਇਹਨਾਂ ਦੇ ਵਿੱਚੋਂ ਕੁਝ ਐਮਸੀਕਿਊ ਆਪਣੇ ਅਲੱਗ-ਅਲੱਗ ਕੰਪਿਟਿਟਿਡ ਇਗਜ਼ਾਮ ਦੇ ਵਿੱਚ ਪੁੱਛੇ ਵੀ ਜਾ ਚੁੱਕੇ ਨੇ ਸੋ ਜੇਕਰ ਤੁਸੀਂ ਪੰਜਾਬ ਦੇ ਕਿਸੇ ਵੀ ਕੰਪੀਟਿਟਿਵ ਇਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਹੈਲਪਫੁਲ ਸਾਬਿਤ ਹੋਣ ਵਾਲੀ ਹੈ ਵੀਡੀਓ ਦੇ ਐਂਡ ਤੱਕ ਬਣੇ ਰਹਿਣਾ ਬਾਕੀ ਜਿਹੜੇ ਵੀ ਵਿਦਿਆਰਥੀ ਚੈਨਲ ਤੇ ਨਵੇਂ ਹਨ ਤਾਂ ਪਲੀਜ਼ ਚੈਨਲ ਨੂੰ ਹੁਣੇ ਹੀ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਵੀ ਪ੍ਰੈਸ ਕਰ ਲਵੋ ਤਾਂ ਜੋ ਅੱਗੇ ਆਉਣ ਵਾਲੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਟੂ ਟਾਈਮ ਮਿਲਦਾ ਰਹੇ ਇਸ ਤਰ੍ਹਾਂ ਤੁਸੀਂ ਆਪਣੇ ਕੋਲ ਕੰਪਲੀਟ ਪੰਜਾਬ ਜੀਕੇ ਦੇ ਨੋਟਸ ਬਾਏ ਕਰ ਸਕਦੇ ਹੋ ਠੀਕ ਹੈ फीस रखी ਗਈ ਹੈ ਸਿਰਫ 300 ਰੁਪਏ ਇਹਨਾਂ ਨੋਟਸਾਂ ਨੂੰ ਬਾਏ ਕਰਨ ਦੇ ਲਈ ਤੁਸੀਂ ਮੈਨੂੰ ਇਸ ਨੰਬਰ ਤੇ ਕਾਲ ਕਰਨਾ ਹੈ 95173 डबल 4 5 डबल 4 ਇਸ ਨੰਬਰ ਤੇ ਜਾਂ ਤਾਂ ਕਾਲ ਕਰਨਾ ਹੈ ਜਾਂ WhatsApp ਥਰੂ ਤੁਸੀਂ ਮੈਨੂੰ ਮੈਸੇਜ ਵੀ ਕਰ ਸਕਦੇ ਹੋ ਤਾਂ ਇਹਨਾਂ ਨੋਟਸਾਂ ਦੇ ਰਿਗਾਰਡਿੰਗ ਸਾਰੀ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰਵਾ ਦਿੱਤੀ ਜਾਵੇਗੀ ਕੰਪਲੀਟ ਪੰਜਾਬ ਜੀਕੇ ਦੇ ਨੋਟਸ ਆਪਣੇ ਕੋਲ ਤੁਸੀਂ ਲੈ ਸਕਦੇ ਹੋ ਫੀਸ ਸਿਰਫ 200 ਰੁਪਏ ਰੱਖੀ ਗਈ ਹੈ ਤੁਹਾਨੂੰ ਪਤਾ ਹੈ ਕੋਈ ਵੀ ਤੁਸੀਂ ਪੰਜਾਬ ਦਾ ਪੇਪਰ ਦਿੰਦੇ ਹੋ ਤਾਂ ਪੰਜਾਬ ਜੀਕੇ ਦੇ ਤੁਹਾਨੂੰ 10 ਤੋਂ 15 ਕੁਸ਼ਣ ਦੇਖਣ ਨੂੰ ਜ਼ਰੂਰ ਮਿਲਣਗੇ ਜੇਕਰ ਤੁਸੀਂ ਪੰਜਾਬ ਜੀਕੇ ਵਧੀਆ ਢੰਗ ਦੇ ਨਾਲ ਕਵਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਪੁੱਲ ਕੀ ਵੀ ਇਹ ਨੋਟਸ ਨਹੀਂ ਛੱਡਣੇ ਵੀਡੀਓ ਦੇ ਐਂਡ ਤੱਕ ਬਣੇ ਰਹਿਣਾ ਕੰਟੈਂਟ ਵਧੀਆ ਲੱਗਦਾ ਤਾਂ ਫਿਰ ਤੁਸੀਂ ਇਹਨਾਂ ਨੋਟਸਾਂ ਨੂੰ ਬਾਇਅ ਕਰ ਸਕਦੇ ਹੋ ਤਾਂ ਹੁਣ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਤਲਾ ਕੁਸ਼ਣ ਦਿੱਤਾ ਗਿਆ ਪੰਜਾਬ ਨੂੰ ਅੰਗਰੇਜ਼ੀ ਸ਼ਾਸਨਾਂ ਦੇ ਵਿੱਚ ਕਦੋਂ ਸ਼ਾਮਿਲ ਕੀਤਾ ਗਿਆ ਸੀ ਵੈਸੇ ਤਾਂ ਹਰੇਕ ਵਿਦਿਆਰਥੀ ਨੂੰ ਇਹਦਾ ਬਿਲਕੁਲ ਸਹੀ ਆਨਸਰ ਪਤਾ ਹੁੰਦਾ ਹੈ ਪਰ ਇੱਥੇ ਜਿਹੜਾ ਕਰੈਕਟ ਆਨਸਰ ਬਣੇਗਾ ਉਹ ਬਣੇਗਾ ਆਪਸ਼ਨ ਨੰਬਰ ਸੀ ਯਾਨੀ ਕਿ 29 ਮਾਰਚ 1849 ਨੂੰ ਪੰਜਾਬ ਨੂੰ ਅੰਗਰੇਜ਼ੀ ਸ਼ਾਸਨ ਦੇ ਵਿੱਚ ਜਾਂ ਅੰਗਰੇਜ਼ੀ ਸਾਮਰਾਜ ਦੇ ਵਿੱਚ ਸ਼ਾਮਿਲ ਕੀਤਾ ਗਿਆ ਸੀ ਸੀ ਬਿਲਕੁਲ ਸਹੀ ਆਨਸਰ ਬਣੇਗਾ ਐਡਜੂਡਿ ਪ੍ਰਸ਼ਾਸਨਿਕ ਬੋਰਡ ਦੀ ਸਥਾਪਨਾ ਹੈ ਇਹ ਕਦੋਂ ਹੁੰਦੀ ਹੈ ਇਹ ਵੀ ਆਪਣੇ ਪੰਜਾਬ ਦੇ ਵਿੱਚ 1849 ਵਿੱਚ ਪ੍ਰਸ਼ਾਸਨਿਕ ਬੋਰਡ ਦੀ ਸਥਾਪਨਾ ਹੁੰਦੀ ਹੈ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਣਾ ਚਾਹੁੰਦਾ ਪੰਜਾਬ ਨੂੰ ਅੰਗਰੇਜ਼ੀ ਸ਼ਾਸਨ ਦੇ ਵਿੱਚ ਕਿਸ ਨੇ ਸ਼ਾਮਿਲ ਕੀਤਾ ਸੀ ਤਾਂ ਫਿਰ ਤੁਸੀਂ ਪੇਪਰ ਵਿੱਚ ਆਨਸਰ ਟਿੱਕ ਕਰਕੇ ਆਉਣਾ ਲਾਰਡ ਡਲਹੌਜੀ ਨੇ ਠੀਕ ਹੈ ਦੂਜੇ ਐਂਗਲੋ ਸਿੱਖ ਯੁੱਧ ਦੇ ਸਮੇਂ ਭਾਰਤ ਜਿਹੜਾ ਗਵਰਨਰ ਜਨਰਲ ਸੀਗਾ ਉਹ ਵੀ ਲਾਰਡ ਡਲਹੌਜੀ ਸੀ ਐਡ ਪਹਿਲੇ ਐਂਗਲੋ ਸਿੱਖ ਯੁੱਧ ਦੇ ਸਮੇਂ ਭਾਰਤ ਦਾ ਗਵਰਨਰ ਜਨਰਲ ਕੌਣ ਸੀਗਾ ਲਾਰਡ ਹਾਰਡਿੰਗ ਸੋ ਇਹਨਾਂ ਗੱਲਾਂ ਨੂੰ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ ਐਡ ਜਿਹੜਾ ਦੂਜਾ ਐਂਗਲੋ ਸਿੱਖ ਯੁੱਧ ਸੀਗਾ ਉਹ ਕਿਹੜੀ ਲੜਾਈ ਦੇ ਨਾਲ ਖਤਮ ਹੁੰਦਾ ਹੈ ਤਾਂ ਫਿਰ ਤੁਸੀਂ ਪੇਪਰ ਵਿੱਚ ਆਨਸਰ ਟਿੱਕ ਕਰਕੇ ਹੁਣਾ ਗੁਜਰਾਤ ਦੀ ਲੜਾਈ ਗੁਜਰਾਤ ਦੀ ਲੜਾਈ ਤੋਂ ਬਾਅਦ ਦੂਜਾ ਅਗਲਾ ਸਿੱਖ ਯੁੱਧ ਖਤਮ ਹੋ ਜਾਂਦਾ ਹੈ ਹੋ ਜਾਂਦਾ ਇਸ ਦੇ ਨਾਲ ਹੀ ਆਪਣੇ ਪੰਜਾਬ ਨੂੰ ਅੰਗਰੇਜ਼ੀ ਸ਼ਾਸਨ ਦੇ ਵਿੱਚ ਲਾੜ ਡਲਹੌਜੀ ਦੁਆਰਾ ਸ਼ਾਮਲ ਕਰ ਲਿਆ ਜਾਂਦਾ ਹੈ ਸੋ ਇਹਨਾਂ ਗੱਲਾਂ ਨੂੰ ਤੁਸੀਂ ਧਿਆਨ ਵਿੱਚ ਰੱਖ ਸਕਦੇ ਹੋ ਤਾਂ ਹੁਣ ਆਪਾਂ ਨੈਕਸਟ ਮੂਵ ਕਰਦੇ ਹਾਂ ਹਾਂਜੀ ਕੋਕਾ ਲਹਿਰ ਦੀ ਜਿਹੜੀ ਸਥਾਪਨਾ ਹੈ ਇਹ ਕਦੋਂ ਹੋਈ ਸੀ वैसे तो हर एक विद्यार्थी ਨੂੰ ਬਿਲਕੁਲ ਸਹੀ ਆਨਸਰ ਪਤਾ ਲੱਗ ਗਿਆ ਹੋਵੇਗਾ ਇੱਥੇ ਸੀ கரெક્ટ ਆਨਸਰ ਬਣੇਗਾ ਠੀਕ ਹੈ ਥੋੜੀ ਮਿਸਟੇਕ ਹੈ ਸੀ கரெક્ટ ਆਨਸਰ ਬਣੇਗਾ 1857 ਦੇ ਵਿੱਚ ਕੋਕਾ ਲਾਹਰ ਦੀ ਸਥਾਪਨਾ ਹੁੰਦੀ ਹੈ ਸੀ கரெક્ટ ਆਨਸਰ ਬਣੇਗਾ ਨਾਮ ਤਾਰੀਖਾ ਕੋਕਾ ਲਾਹਰ ਦੇ ਜਿਹੜੇ ਮੁੱਢਲੇ ਸਥਾਪਕ ਸਨ ਉਹ ਸਨ ਬਾਬਾ ਬਾਲਕ ਜੀ ਠੀਕ ਹੈ ਨਾਮ ਤਾਰੀਖਾ ਕੋਕਾ ਲਾਹਰ ਦੇ ਮੁੱਢਲੇ ਸਥਾਪਕ ਪੁੱਛਲੇ ਜਾਣ ਦਾ ਇਹ ਸਥਾਪਨਾ ਕਿਸ ਨੇ ਕੀਤੀ ਸੀ ਤਾਂ ਬਾਬਾ ਬਾਲਕ ਤੁਸੀਂ ਪੇਪਰ ਵਿੱਚ ਆਨਸਰ ਟਿਕ ਕਰਕੇ ਆਉਣਾ ਹੈ ਬਟ ਜੇਕਰ ਵਾਸਤਵਿਕ ਸਥਾਪਕ ਪੁੱਛ ਲਿਆ ਜਾਣ ਕੋਕਾ ਲੈਰ ਜਾਂ ਨਾਮਦਾਰੀ ਲੈਰ ਠੀਕ ਹੈ ਫਿਰ ਤੁਸੀਂ ਪੇਪਰ ਵਿੱਚ ਆਨਸਰ ਟਿਕ ਕਰਕੇ ਆਉਣਾ ਹੈ ਬਾਬਾ ਰਾਮ ਰਾਮ ਸਿੰਘ ਠੀਕ ਹੈ ਬਾਬਾ ਰਾਮ ਸਿੰਘ ਜਿਹੜੇ ਕੋਕਾ ਲੈਰ ਸੀਗੀ ਇਹਦੇ ਅਸਲੀ ਜਾਂ ਵਾਸਤਵਿਕ ਸਥਾਪਕ ਮੰਨੇ ਜਾਂਦੇ ਹਨ ਨੈਕਸਟ ਆਪਾਂ ਮੂਵ ਕਰਦੇ ਹਾਂ ਹਾਂਜੀ ਬਾਬਾ ਰਾਮ ਸਿੰਘ ਕਿਹੜੇ ਸ਼ਹਿਰ ਤੋਂ ਸਨ ਇਹ ਆਪਣੇ ਕੋਲ ਕੁਸ਼ਣ ਪੁੱਛਿਆ ਗਿਆ ਤਾਂ ਤੁਹਾਨੂੰ ਪਤਾ ਹੋਵੇਗਾ ਇੱਥੇ கரਕਟ ਆਨਸਰ ਬਣੇਗਾ ਆਪਸ਼ਨ ਨੰਬਰ ਡੀ ਯਾਨੀ ਕੀ ਲੁਧਿਆਣਾ ਬਾਬਾ RAM ਸਿੰਘ ਕਿਹੜੇ ਸ਼ਾਰਤ ਉਸਨ ਇਹ ਸਨ ਲੁਧਿਆਣਾ ਤੋਂ ਆ ਡੇ ਲੁਧਿਆਣਾ ਤੇ ਪੈਣੀ ਵਿਖੇ ਇਹਨਾਂ ਨੇ ਕੋਕਾ ਲਹਿਰ ਨਾਲ ਸੰਬੰਧਿਤ ਇੱਕ ਸੰਸਥਾ ਵੀ ਬਣਾਈ ਸੀ ਤਾਂ ਡੀ ਇੱਥੇ கரਕਟ ਆਨਸਰ ਬਣੇਗਾ ਆਪਸ਼ਨ ਨੰਬਰ ਡੀ ਨੈਕਸਟ ਆਪਾਂ ਕੁਐਸਚਨ ਦੇਖਦੇ ਹਾਂ ਸਿੰਘ ਸਭਾ ਲਹਿਰ ਦੀ ਸਥਾਪਨਾ ਕਿਹੜੀ ਜਗਾ ਕੀਤੀ ਗਈ ਸੀ ਜਲੰਧਰ ਲੁਧਿਆਣਾ ਅੰਮ੍ਰਿਤਸਰ ਜਾਂ ਪਟਿਆਲਾ ਸੋ ਇਹ ਵੀ ਤੁਹਾਨੂੰ ਸ਼ਾਇਦ ਸਹੀ ਆਂਸਰ ਪਤਾ ਹੋਵੇ ਆਂਸਰ ਬਣੇਗਾ ਆਪਸ਼ਨ ਨੰਬਰ ਸੀ ਯਾਨੀ ਕਿ ਅੰਮ੍ਰਿਤਸਰ ਠੀਕ ਹੈ ਅੰਮ੍ਰਿਤਸਰ ਨੂੰ ਲੇਖਕਾਂ ਦੇ ਮੱਕੇ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਠੀਕ ਹੈ ਪੰਜਾਬ ਦੀ ਸਾਇਤਿਕ ਰਾਜਧਾਨੀ ਵੀ ਅੰਮ੍ਰਿਤਸਰ ਸ਼ਹਿਰ ਨੂੰ ਹੀ ਕਿਹਾ ਜਾਂਦਾ ਹੈ ਤਾਂ ਇੱਥੇ ਹੀ ਸਿੰਘ ਸਭਾ ਲਹਿਰ ਦੀ ਸਥਾਪਨਾ ਹੁੰਦੀ ਹੈ ਸੀ ਗ੍ਰਾਕਟ ਆਂਸਰ ਬਣੇਗਾ ਇਸ ਤਰ੍ਹਾਂ ਸਿੰਘ ਸਭਾ ਲਹਿਰ ਦੀ ਜਿਹੜੀ ਸਥਾਪਨਾ ਇੱਕ ਅਕਤੂਬਰ 1873 ਨੂੰ ਕੀਤੀ ਗਈ ਸੀ ਕਦੋਂ ਕੀਤੀ ਗਈ ਸੀ 1 ਅਕਤੂਬਰ 1873 ਨੂੰ ਸਿੰਘ ਸਭਾ ਲਹਿਰ ਦੀ ਸਥਾਪਨਾ ਹੁੰਦੀ ਹੈ ਇਸ ਗੱਲ ਨੂੰ ਵੀ ਤੁਸੀਂ ਧਿਆਨ ਵਿੱਚ ਰੱਖਣਾ ਜਿਹੜੀ ਗੱਲ ਦਾ ਤੁਹਾਨੂੰ ਨਹੀਂ ਪਤਾ ਹੁੰਦਾ ਤਾਂ ਪਲੀਜ਼ ਤੁਸੀਂ ਨੋਟ ਜ਼ਰੂਰ ਕਰਨਾ ਹੈ ਬਾਕੀ ਜਿਹੜੇ ਮੋਕ ਟੈਸਟ ਹਨ ਬਹੁਤ ਵਧੀਆ ਟੰਗ ਰਣ ਰੈਡੀ ਕੀਤੇ ਗਏ ਹਨ ਇਸ ਕਰਕੇ ਉਹਨਾਂ ਨੂੰ ਤੁਸੀਂ ਜ਼ਰੂਰ ਬਾਈ ਕਰਨਾ ਹੈ ਤਾਂ ਉਹਨਾਂ ਟੈਸਟ ਨੂੰ ਤੁਸੀਂ ਲਗਾ ਕੇ ਜਿਹੜਾ ਪੇਪਰ A ਹੈ ਉਸ ਨੂੰ ਆਸਾਨੀ ਨਾਲ ਕੁਆਲੀਫਾਈ ਕਰ ਸਕਦੇ ਹੋ ਜੇਕਰ ਪੇਪਰ A ਤੁਸੀਂ ਕੁਆਲੀਫਾਈ ਕਰ ਲੈਂਦੇ ਹੋ ਤਾਂ ਹੀ ਤੁਸੀਂ ਦੂਜੇ ਪੇਪਰ ਲਈ ਐਲੀਜੀਬਲ ਮੰਨੇ ਜਾਓਗੇ ਤਾਂ ਹੀ ਤੁਸੀਂ ਮੈਰਿਟ ਵਿੱਚ ਆ ਸਕਦੇ ਹੋ ਹਾਂਜੀ ਨੈਕਸਟ ਆਪਣਾ ਕੁਐਸਚਨ ਹੈਗਾ ਡਰਿੰਕਾਰੀ ਅੰਦੋਲਨ ਦੇ ਸਥਾਪਕ ਕੌਣ ਸਨ? ਬਾਬਾ ਗੁਰਦੇਵ ਸਿੰਘ, ਬਾਬਾ ਧਿਆਨ ਸਿੰਘ, ਬਾਬਾ ਰਾਮ ਸਿੰਘ ਜਾਂ ਬਾਬਾ ਦਿਆਲ ਸਿੰਘ। ਸੋ ਡਰਿੰਕਾਰੀ ਅੰਦੋਲਨ ਜਿਹੜੇ ਸਥਾਪਕ ਸਨ ਇਹਦੇ ਸਨ অপਸ਼ਨ ਡੀ ਕਰੈਕਟ ਆਨਸਰ ਬਣੇਗਾ ਬਾਬਾ ਦਿਆਲ ਸਿੰਘ। ਬਾਬਾ ਦਿਆਲ ਸਿੰਘ ਡਰਿੰਕਾਰੀ ਅੰਦੋਲਨ ਦੇ ਸਥਾਪਕ ਸਨ। ਡਰਿੰਕਾਰੀ ਅਤੇ ਨਾਮਦਾਰੀ ਵਿੱਚ ਤੁਸੀਂ ਕਨਫਿਊਜ਼ ਨਹੀਂ ਹੋਣਾ। ਨਾਮਦਾਰੀ ਅੰਦੋਲਨ ਕੋਕਾ ਲਾਇਰ ਸੀਗੀ ਠੀਕ ਆ ਡਰਿੰਕਾਰੀ ਅੰਦੋਲਨ ਹੋਰ ਸੀਗਾ। ਇਥੇ ਡੀ ਬਿਲਕੁਲ ਸਹੀ ਆਨਸਰ ਬਣੇਗਾ ਜ਼ਿਆਦਾਤਰ ਪੇਪਰ ਦੇ ਵਿੱਚ ਇਹਨਾਂ ਦੇ ਸਥਾਪਕ ਦੇ ਹੀ ਨਾਮ ਪੁੱਛੇ ਜਾਂਦੇ ਹਨ ਡੇਟ ਵਗੈਰਾ ਨਹੀਂ ਪੁੱਛੀ ਜਾਂਦੀ ਕਿ ਨੀਰੰਕਾਰ ਅੰਦੋਲਨ ਦੀ ਸਥਾਪਨਾ ਕਦੋਂ ਹੋਈ ਸੀ ਇਹ ਕੁਸ਼ਨ ਕਾਟ ਹੀ ਬੰਦਾ ਹੈ ਨੈਕਸਟ ਅਮਦੀਆ ਲਹਿਰ ਦੀ ਸਥਾਪਨਾ ਪੰਜਾਬ ਦੇ ਕਿਹੜੇ ਸ਼ਹਿਰ ਨਾਲ ਸੰਬੰਧਤ ਹੈ ਆਜੋਟਾ ਕੁਐਸਚਨ ਹੈ ਪੇਪਰ ਦੇ ਵਿੱਚ ਆਉਣ ਦੀ ਪੌਸਿਬਿਲਿਟੀ ਜ਼ਰੂਰ ਹੀ ਰਹੇਗੀ ਤਾਂ ਅਹਿਮਦਿਆ ਲਾਇਰ ਦੀ ਜੁਡੀ ਸਥਾਪਨਾ ਇਹ ਕੀਤੀ ਗਈ ਸੀ ਗੁਰਦਾਸਪੁਰ ਦੇ ਵਿੱਚ ਗੁਰਦਾਸਪੁਰ ਦਾ ਜਿਹੜਾ ਕਾਦੀਆਂ ਠੀਕ ਹੈ ਕਾਦੀਆਂ ਤਾਂ ਇੱਥੇ ਅਹਿਮਦਿਆ ਲਾਇਰ ਦੀ ਸਥਾਪਨਾ ਕੀਤੀ ਸੀ ਸੁਪੋਜ਼ ਕਰੋ ਆਪਸ਼ਨ ਦੇ ਵਿੱਚ ਗੁਰਦਾਸਪੁਰ ਵੀ ਹੋਵੇ ਅਤੇ ਕਾਦੀਆਂ ਕਾਦੀਆਂ ਵੀ ਹੋਵੇ ਠੀਕ ਹੈ ਤਾਂ ਤੁਸੀਂ ਪ੍ਰੈਫਰੈਂਸ ਦੇਣੀ ਹੈ ਕਾਦੀਆਂ ਨੂੰ ਤਾਂ ਕਾਦੀਆਂ ਤੁਸੀਂ ਆਨਸਰ ਟਿੱਕਾ ਕਰਉਣਾ ਹੈ ਪੇਪਰ ਦੇ ਵਿੱਚ ਇਸ ਲਾਇਰ ਦੇ ਸਥਾਪਕ ਪੁੱਛਲੇ ਜਾਣ ਤਾਂ ਪੇਪਰ ਵਿੱਚ ਆਨਸਰ ਟਿੱਕਾ ਕਰਉਣਾ ਹੈ ਮਿਰਜ਼ਾ ਗੁਲਾਮ ਅਹਿਮਦ ਸਨ ਐਸਐਲਰ ਦੇ ਸੰਸਥਾਪਕ ਅਮਦਿਆ ਹਲਾਰ ਦੇ ਨੈਕਸਟ ਪੁਰਾਣੇ ਪੰਜਾਬ ਸਮੇਂ ਲੜਕੀਆਂ ਦੇ ਲਈ ਸਭ ਤੋਂ ਪਹਿਲਾ ਸਕੂਲ ਕਿੱਥੇ ਬਣਿਆ ਸੀ ਲਾਹੌਰ ਰਾਵਲਪਿੰਡੀ ਮਲਤਾਨ ਜਾਂ ਪਿਸ਼ਾਵਰ ਤਾਂ ਪੁਰਾਣੇ ਪੰਜਾਬ ਸਮੇਂ ਲੜਕੀਆਂ ਦੇ ਲਈ ਸਭ ਤੋਂ ਪਹਿਲਾ ਸਕੂਲ ਕਿੱਥੇ ਬਣਿਆ ਸੀ ਇਹ ਬਣਿਆ ਸੀ ਰਾਵਲਪਿੰਡੀ ਵੀ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਬੀ ਇਹ ਜਿਹੜਾ ਕੁਸ਼ਨ ਹੈ ਟ੍ਰਿਪਲ ਐਸ ਬੋਰਡ ਦੇ ਵੱਲੋਂ ਜਿਹੜੇ ਪੇਪਰ ਕੰਡਕਟ ਕਰਵਾਏ ਜਾਂਦੇ ਹਨ ਉਹਨਾਂ ਵਿੱਚ ਇੱਕ ਵਾਰ ਇਹ ਕੁਸ਼ਨ ਪੁੱਛਿਆ ਜਾ ਚੁੱਕਿਆ ਹੈ ਇਸ ਕਰਕੇ ਇਸ ਵੀਡੀਓ ਵਿੱਚ ਇਸ ਕੁਸ਼ਨ ਵਿੱਚ ਇਨਕਲੂਡ ਕੀਤਾ ਗਿਆ ਤਾਂ ਬੀ ਇੱਥੇ கரੈਕਟ ਆਨਸਰ ਬਣੇਗਾ 라ਵੜ ਪਿੰਡੀ ਨੈਕਸਟ ਹਿੰਦ ਪੈਸਿਫਿਕ ਐਸੋਸੀਏਸ਼ਨ ਕਿਹੜੀ ਪਾਰਟੀ ਦਾ ਸ਼ੁਰੂਆਤੀ ਨੇਮ ਸੀਗਾ ਸਿੰਘ ਸਭਾ ਲਹਿਰ ਗਦਰ ਲਹਿਰ ਅਹਿਮਦੀ ਲਹਿਰ ਜਾਂ ਚੀਫ ਖਾਲਸਾ ਦੀਵਾਨ ਤਾਂ ਹਿੰਦ ਪੈਸਿਫਿਕ ਐਸੋਸੀਏਸ਼ਨ ਕਿਹੜੀ ਪਾਰਟੀ ਦਾ ਸ਼ੁਰੂਆਤੀ ਨੇਮ ਸੀ ਇਹ ਸੀਗਾ ਗਦਰ ਲਹਿਰ ਦਾ ਬੀ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਬੀ ਗਦਰ ਲਹਿਰ ਦਾ ਸ਼ੁਰੂਆਤੀ ਨੇਮ ਸੀਗਾ in the past speaker association ਕਮੈਂਟ ਬਾਕਸ ਵਿੱਚ ਦੱਸਣਾ ਹੈ ਕਿ ਗਦਰ ਲਹਿਰ ਦੀ ਸਥਾਪਨਾ ਕਦੋਂ ਹੋਈ ਸੀ ਇਹ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜੂ ਦੱਸਣਾ ਗਦਰ ਪਾਰਟੀ ਦਾ ਜਿਹੜਾ ਮੁੱਖ ਦਫ਼ਤਰ ਸੀਗਾ ਅਮਰੀਕਾ ਦੇ ਸਨ ਫ੍ਰਾਂਸਿਸਕੋ ਦੇ ਵਿੱਚ ਸੀ ਕਿੱਥੇ ਸੀ ਅਮਰੀਕਾ ਦੇ ਸਨ ਫ੍ਰਾਂਸਿਸਕੋ ਦੇ ਵਿੱਚ ਸੀਗਾ ਗਦਰ ਪਾਰਟੀ ਦਾ ਮੁੱਖ ਦਫ਼ਤਰ ਨੈਕਸਟ ਆਪਾਂ ਕੁਸ਼ਨ ਦੇਖਦੇ ਹਾਂ ਕਾਮਾਗਾਟਾ ਮਾਰੂ ਕੀ ਸੀਗਾ ਇਹ ਇੱਕ ਰੇਲ ਗੱਡੀ ਦਾ ਨੇਮ ਹੈ ਬਾਸ ਦਾ ਨਾਮ ਹੈਗਾ ਸਮੁੰਦਰੀ ਜਹਾਜ਼ ਸੀਗਾ ਜਾਂ ਹਵਾਈ ਜਹਾਜ਼ ਸੀ ਤਾਂ ਕਾਮਾਗਾਟਾ ਮਾਰੂ ਜਿਹੜਾ ਸੀਗਾ ਇਹ ਇੱਕ ਸਮੁੰਦਰੀ ਜਹਾਜ਼ ਸੀ ਸੀ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਸੀ ਇਸ ਤਰ੍ਹਾਂ ਇਹ ਜਹਾਜ਼ ਜਾਪਾਨ ਤੋਂ ਕਿਰਾਏ ਤੇ ਲਿਆ ਗਿਆ ਸੀ ਕਿੱਥੋਂ ਲਿਆ ਗਿਆ ਸੀ ਜਾਪਾਨ ਤੋਂ ਜਾਪਾਨ ਆਪਸ਼ਨ ਦੇ ਵਿੱਚ ਨਾਲ ਹੋਵੇ ਤਾਂ ਪੇਪਰ ਵਿੱਚ ਤੁਸੀਂ ਆਨਸਰ ਟਿਕ ਕਰਕੇ ਆਉਣਾ ਹੈ ਹਾਂਗਕਾਂਗ ਨੈਕਸਟ ਜਿਕਰ ਆਪਾਂ ਗੱਲ ਕਰੀਏ ਇਸ ਜਹਾਜ਼ ਨੂੰ ਬਾਬਾ ਗੁਰਦੇਤ ਨੇ ਕਿਰਾਏ ਤੇ ਲਿਆ ਸੀ ਕਿਸ ਨੇ ਲਿਆ ਸੀ ਬਾਬਾ ਗੁਰਦੇਤ ਨੇ ਐਡ ਇਸ ਜਹਾਜ਼ ਦਾ ਬਾਅਦ ਵਿੱਚ ਨਾਮ ਚੇਂਜ ਕੀਤਾ ਗਿਆ ਸੀ ਗੁਰਨਾਣਕ ਜਹਾਜ਼ ਰੱਖਿਆ ਗਿਆ ਸੀਗਾ ਕਾਮਾਗਾਟਾ ਮਾਰੂ ਜਹਾਜ਼ ਦਾ ਨੇਮ ਸੋ ਇਹ ਕੁਸ਼ਨ ਬਹੁਤ ਵਾਰ ਰਿਪੀਟ ਹੁੰਦਾ ਹੈ ਪੰਜਾਬ ਦੇ ਪੇਪਰਾਂ ਵਿੱਚ ਕਿ ਕਾਮਾਗਾਟਾ ਮਾਰੂ ਕੀ ਸੀ ਤਾਂ ਇਹ ਇੱਕ ਸਮੁੰਦਰੀ ਜਹਾਜ਼ ਸੀਗਾ ਨੈਕਸਟ ਟੌਪਿਕ ਆ ਇੱਕ ਓਸ਼ਨ ਦੇਖਦੇ ਆ ਹਾਂ ਜੀ ਜੇਕਰ ਵੀਡੀਓ ਹੈਲਪਫੁਲ ਲੱਗ ਰਹੀ ਤਾਂ ਪਲੀਜ਼ ਇੱਕ ਵਾਰ ਵੀਡੀਓ ਨੂੰ ਬਾਤ ਤੋਂ ਬਾਦ ਸ਼ੇਅਰ ਐਡ ਲਾਈਕ ਵੀ ਕਰ ਦਿਓ ਜੜਿਆਂ ਵਾਲਾ ਬਾਗ ਹੱਤਿਆकांड ਦੀ ਪੜਤਾਲ ਲਈ ਕਿਹੜੀ ਕਮੇਟੀ ਦਾ ਗਠਨ ਹੋਇਆ ਸੀ ਸੋ ਵੈਸੇ ਤਾਂ ਹਰੇਕ ਵਿਦਿਆਰਥੀ ਨੂੰ ਪਤਾ ਹੁੰਦਾ ਹੈ ਕਿ ਜੜਿਆਂ ਵਾਲਾ ਬਾਗ ਹੱਤਿਆकांड ਜਿਹੜਾ ਇਹ ਕਦੋਂ ਹੁੰਦਾ ਹੈ 13 April 1919 ਦੇ ਵਿੱਚ ਹੁੰਦਾ ਹੈ ਅੰਮ੍ਰਿਤਸਰ ਵਿਖੇ ਠੀਕ ਹੈ ਤਾਂ ਇੱਥੇ ਆਨਸਰ ਬਣੇਗਾ ਆਪਸ਼ਨ ਨੰਬਰ A ਯਾਨੀ ਕਿ ਹੰਟਰ ਕਮੇਟੀ ਹੰਟਰ ਕਮੇਟੀ ਤੇ ਜਿਹੜਾ ਗਠਨ ਹੈ ਇਹ ਕੀਤਾ ਗਿਆ ਸੀਗਾ ਚਲਿਆਂ ਵਾਲਾ ਬਾਗ ਹੱਤਿਆकांड ਦੀ ਜਾਂਚ ਦੇ ਲਈ ਤਾਂ ਇਹ ਇੱਥੇ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਏ ਇਸ ਤਰ੍ਹਾਂ ਜਿਹੜਾ ਰੋਲਟ ਐਕਟ ਸੀਗਾ ਠੀਕ ਆ ਉਸ ਨੂੰ ਕਾਲਾ ਕਾਨੂੰਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਰੋਲਟ ਐਕਟ ਰੋਲਟ ਐਕਟ ਵੀ 1919 ਦੇ ਵਿੱਚ ਆਉਂਦਾ ਹੈ ਠੀਕ ਹੈ ਇਸ ਗੱਲ ਨੂੰ ਵੀ ਤੁਸੀਂ ਧਿਆਨ ਵਿੱਚ ਰੱਖ ਸਕਦੇ ਹੋ ਨੈਕਸਟ ਆਪਾਂ ਮੂਵ ਕਰਦੇ ਹਾਂ ਹਜੀ ਚਲਿਆਂ ਵਾਲਾ ਬਾਗ ਕਾਂਡ ਜਿਹੜਾ ਹੋਇਆ ਸੀਗਾ 13 April 1919 ਨੂੰ ਹੋਇਆ ਸੀ ਨੈਕਸਟ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕਦੋਂ ਕੀਤੀ ਗਈ ਸੀ 1928 26 25 ਜਾਂ 30 ਤਾਂ ਨੌਜਵਾਨ ਭਾਰਤ ਸਭਾ ਦੀ ਜਿਹੜੀ ਸਥਾਪਨਾ ਹੈ ਠੀਕ ਹੈ ਸ਼ਹੀਦ ਭਗਤ ਸਿੰਘ ਨੇ ਕੀਤੀ ਸੀ 1926 ਦੇ ਵਿੱਚ ਬੀ ਇੱਥੇ கரੈਕਟ ਆਨਸਰ ਬਣੇਗਾ ਨੈਕਸਟ ਸਿੰਘ ਸਭਾ ਲਹਿਰ ਦਾ ਪਹਿਲਾ ਪ੍ਰਧਾਨ ਕੌਣ ਸੀ ਠਾਕੁਰ ਸਿੰਘ ਸੰਧਾਵਾਲੀਆ ਗਿਆਨੀ ਗੁਰਦੇਵ ਸਿੰਘ ਬਾਬਾ RAM ਸਿੰਘ ਜਾਂ ਸੇਵਾ ਸਿੰਘ ਠੀਕਰੀ ਵਾਲਾ ਤਾਂ ਸਿੰਘ ਸਭਾ ਲਹਿਰ ਦਾ ਜਿਹੜਾ ਪਹਿਲਾ ਪ੍ਰਧਾਨ ਸੀਗਾ ਇਹ ਸੀਗਾ ਠਾਕੁਰ ਸਿੰਘ ਸੰਧਾਵਾਲੀਆ ਤਾਂ ਇਹ ਇੱਥੇ ਬਿਲਕੁਲ ਸਹੀ ਆਨਸਰ ਬਣ ਚਾਵੇਗਾ ਆਪਸ਼ਨ ਨੰਬਰ ਏ ਇਸ ਤਰ੍ਹਾਂ ਸਿੰਘ ਸਭਾ ਲਹਿਰ ਦੀ ਜਿਹੜੀ ਸਥਾਪਨਾ ਹੈ ਇਹ ਹੁੰਦੀ ਹੈ 1873 ਦੇ ਵਿੱਚ ਪਿਛੇ ਆਪਾਂ ਕੁਸ਼ਨ ਡਿਸਕਸ ਕਰ ਚੁੱਕੇ ਹਾਂ ਕਿ ਸਿੰਘ ਸਭਾ ਲਹਿਰ ਦੀ ਸਥਾਪਨਾ ਕਦੋਂ ਹੁੰਦੀ ਹੈ 1873 ਦੇ ਵਿੱਚ ਹੁੰਦੀ ਹੈ ਐਡ ਇਸ ਦੀ ਸਥਾਪਨਾ ਹੋਈ ਸੀਗੀ ਅੰਮ੍ਰਿਤਸਰ ਦੇ ਵਿੱਚ ਕਿੱਥੇ ਹੋਈ ਸੀ ਅੰਮ੍ਰਿਤਸਰ ਦੇ ਵਿੱਚ ਇਸ ਦੀ ਸਥਾਪਨਾ ਹੁੰਦੀ ਹੈ ਨੈਕਸਟ ਪੰਜਾਬ ਦੇ ਵਿੱਚ ਗਦਰ ਅੰਦੋਲਨ ਦਾ ਪ੍ਰਮੁੱਖ ਕੇਂਦਰ ਕਿਹੜਾ ਸੀਗਾ ਗਦਰ ਅੰਦੋਲਨ ਦਾ ਲੁਧਿਆਣਾ ਲਾਹੌਰ ਜਲੰਧਰ ਜਾਂ ਅੰਮ੍ਰਿਤਸਰ ਤਾ ਪੰਜਾਬ ਦੇ ਵਿੱਚ ਕਦਰ ਅੰਦੋਲਨ ਦਾ ਜਿਹੜਾ ਪ੍ਰਮੁੱਖ ਕੇਂਦਰ ਸੀਗਾ ਉਹ ਸੀਗਾ ਲਾਹੌਰ ਬੀ ਬਿਲਕੁਲ ਸਹੀ ਆਨਸਰ ਬਣ ਜਾਵੇਗਾ ਆਪਸ਼ਨ ਨੰਬਰ ਬੀ ਨੈਕਸਟ ਆਪਾਂ ਮੂਵ ਕਰਦੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਕਦੋਂ ਹੁੰਦੀ ਸੀ ਹੁੰਦੀ ਆ 1925 22 ਜਾਂ 24 ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਸਥਾਪਨਾ ਹੈ ਇਹ ਹੁੰਦੀ ਆ 1920 ਦੇ ਵਿੱਚ ਸੀ ਬਿਲਕੁਲ ਸਹੀ ਆਨਸਰ ਬਣੇਗਾ ਬਟ ਗੁਰਦੁਆਰਾ ਐਕਟ ਪੁੱਛਿਆ ਜਾਂਦਾ ਪੇਪਰ ਦੇ ਵਿੱਚ ਜ਼ਿਆਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜਾ ਐਕਟ ਆ ਕਦੋਂ ਪਾਸ ਹੋਇਆ ਸੀ ਇਹ ਹੋਇਆ ਸੀ 1 ਨਵੰਬਰ 1925 ਨੂੰ ਕਦੋਂ 1 ਨਵੰਬਰ 1925 ਨੂੰ ਹੁੰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜਾ ਗਠਨ ਹੈ ਕਿੱਥੇ ਕੀਤਾ ਗਿਆ ਸੀ ਇਹ ਕੀਤਾ ਗਿਆ ਸੀ ਅੰਮ੍ਰਿਤਸਰ ਵਿਖੇ ਠੀਕ ਹੈ ਅੰਮ੍ਰਿਤਸਰ ਵਿਖੇ ਕੀਤਾ ਗਿਆ ਸੀਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਆ ਨੈਕਸਟ ਆਪਾਂ ਮੂਵ ਕਰਦੇ ਹਾਂ ਹਾਂਜੀ ਸਰਦਾਰ ਪਗਤ ਸਿੰਘ ਦਾ ਜਨਮ ਕਿੱਥੇ ਹੋਇਆ ਸੀ ਨਵਾਂ ਸ਼ਹਿਰ ਬੰਗਾ ਸੁਨਾਮ ਜਾਂ ਅੰਮ੍ਰਿਤਸਰ ਤਾਂ ਸਰਦਾਰ ਪਗਤ ਸਿੰਘ ਜਾਂ ਸ਼ਹੀਦ ਪਗਤ ਸਿੰਘ ਦਾ ਜਿਹੜਾ ਜਨਮ ਹੈ ਇਹ ਹੁੰਦਾ ਹੈ ਬੰਗਾ ਲਾਲਪੁਰ ਵਿਖੇ ਠੀਕ ਹੈ ਬੀ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਬੀ ਸ਼ਹੀਦ ਪਗਤ ਸਿੰਘ ਦਾ ਜਨਮ 27 ਸਪਟੰਬਰ 1907 ਨੂੰ ਹੋਇਆ ਸੀ ਕਦੋਂ ਹੋਇਆ ਸੀ 27 ਸਪਟੰਬਰ 1907 ਨੂੰ ਤਾਂ ਹੁਣ ਆਪਾਂ ਨੈਕਸਟ ਮੂਵ ਕਰਦੇ ਹਾਂ ਇਕ ਕੋਸ਼ਮ ਪੇਪਰ ਦੇ ਵਿੱਚ ਆਉਂਦਾ ਹੈ ਕਿ ਉਹ ਕਿਹੜੇ ਕ੍ਰਾਂਤੀਕਾਰੀ ਸਨ ਜਿਹੜੇ ਛੋਟੀ ਉਮਰ ਦੇ ਵਿੱਚ ਹੀ ਸ਼ਹੀਦ ਹੋਏ ਸਨ ਤਾਂ ਪੇਪਰ ਵਿੱਚ ਤੁਸੀਂ ਆਨਸਰ ਟਿਕ ਕਰਕਾਉਣਾ ਕਰਤਾਰ ਸਿੰਘ ਸਰਾਬਾ origignal ਫਾਰਮੂਲਾ ਕਿਸ ਨਾਲ ਸੰਬੰਧਿਤ ਸੀ ਪਾਸ਼ਾ ਦੇ ਨਾਲ ਜਨਮ ਦੇ ਨਾਲ ਜਾਤ ਦੇ ਨਾਲ ਜਾਂ ਵੱਸੋਂ ਦੇ ਨਾਲ ਤਾਂ origignal ਫਾਰਮੂਲਾ ਜਿਹੜਾ ਸੰਬੰਧ ਸੀਗਾ ਪਾਸ਼ਾ ਦੇ ਨਾਲ ਇਹ ਇੱਥੇ ਬਿਲਕੁਲ ਸਹੀ ਆਨਸਰ ਬਣੇਗਾ ਸੱਚਰ ਫਾਰਮੂਲਾ ਜਿਹੜਾ ਸੀਗਾ ਇਹ 1949 ਦੇ ਵਿੱਚ ਹੋਂਦ ਦੇ ਵਿੱਚ ਆਇਆ ਸੀ ਇਹका ਡੇਟ ਤੁਸੀਂ ਧਿਆਨ ਵਿੱਚ ਰੱਖਣੀ ਆ ਡੇਟ ਇਗਜ਼ਾਮ ਦੇ ਵਿੱਚ ਬਣ ਸਕਦੀ ਆ ਜਾਂ ਐਦਾਂ ਦਾ ਕੁਐਸਚਨ ਤੁਹਾਨੂੰ ਪੇਪਰ ਵਿੱਚ ਮਿਲ ਸਕਦਾ ਹੈ ਨੈਕਸਟ ਆਪਾਂ ਮੂਵ ਕਰਦੇ ਹਾਂ ਹਾਂਜੀ ਪਹਿਲੀ ਵਾਰ ਪੰਜਾਬ ਦੀ ਮੰਗ ਕਦੋਂ ਕੀਤੀ ਗਈ ਸੀ ਯਾਨੀ ਕਿ ਪੰਜਾਬ ਨੂੰ ਬਣਾਉਣ ਦੀ ਪਹਿਲੀ ਵਾਰ ਮੰਗ ਕਦੋਂ ਕੀਤੀ ਗਈ ਸੀ ਤਾਂ ਇੱਥੇ கரੈਕਟ ਆਨਸਰ ਬਣੇਗਾ ਆਪਸ਼ਨ ਨੰਬਰ ਸੀ ਯਾਨੀ ਕਿ 1949 ਪਹਿਲੀ ਵਾਰ ਪੰਜਾਬ ਦੀ ਮੰਗ ਕੀਤੀ ਗਈ ਸੀ 1949 ਦੇ ਵਿੱਚ ਸੀ ਇੱਥੇ கரੈਕਟ ਆਨਸਰ ਬਣੇਗਾ ਨੈਕਸਟ ਪੰਜਾਬ ਦੀ ਆਖਰੀ ਵਾਰ ਵੰਡ ਕਦੋਂ ਹੁੰਦੀ ਹੈ ਠੀਕ ਹੈ ਸੋ ਗੱਲ ਕੀਤੀ ਜਾ ਰਹੀ ਹੈ ਕਿ ਪੰਜਾਬ ਦੀ ਆਖਰੀ ਵਾਰ ਵੰਡ ਕਦੋਂ ਹੁੰਦੀ ਹੈ ਤਾਂ ਇੱਥੇ ਜਿਹੜਾ கரੈਕਟ ਆਨਸਰ ਬਣੇਗਾ ਉਹ ਬਣੇਗਾ ਆਪਸ਼ਨ ਨੰਬਰ ਸੀ ਯਾਨੀ ਕਿ 1966 ਦੇ ਵਿੱਚ ਤੁਹਾਨੂੰ ਪਤਾ ਹੈ ਪੰਜਾਬ ਦੀ ਆਖਰੀ ਵਾਰ ਜਿਹੜੀ ਵੰਡ ਹੁੰਦੀ ਹੈ ਉਹ ਹੁੰਦੀ ਹੈ 1 ਨਵੰਬਰ 1966 ਦੇ ਵਿੱਚ 1 ਨਵੰਬਰ 1966 ਨੂੰ ਆਪਣਾ ਨਵਾਂ ਪੰਜਾਬ ਹੋਂਦ ਦੇ ਵਿੱਚ ਆਉਂਦਾ ਹੈ ਠੀਕ ਹੈ ਇਸ ਤੋਂ ਇਲਾਵਾ 1 ਨਵੰਬਰ 1966 ਨੂੰ ਹੀ ਹਰਿਆਣਾ ਰਾਜ ਵੀ ਹੋਂਦ ਦੇ ਵਿੱਚ ਆਉਂਦਾ ਹੈ ਤਾਂ ਇੱਥੇ ਸੀ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਸੀ ਨਵੇਂ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਪੁੱਛ ਲਏ ਜਾਂਦੇ ਹਨ ਪੇਪਰ ਦੇ ਵਿੱਚ ਤਾਂ ਪੇਪਰ ਵਿੱਚ ਆਨਸਰ ਟੀਕਾ ਕਰਕੇ ਆਉਣਾ ਹੈ ਹੁਣ ਹੈ ਗਿਆਨੀ ਗੁਰਮukh ਸਿੰਘ ਮੁਸਾਫਿਰ ਗਿਆਨੀ ਗੁਰਮukh ਸਿੰਘ ਮੁਸਾਫਿਰ ਨਵੇਂ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਸਨ ਐਡ ਨਵੇਂ ਪੰਜਾਬ ਦੇ ਪਹਿਲੇ ਜਿਹੜੇ ਗਵਰਨਰ ਸਨ ਉਹ ਸਨ ਤਰਮ ਵੀਰਾ ਨੈਕਸਟ ਆਪਾਂ ਮੂਵ ਕਰਦੇ ਹਾਂ ਹਾਂਜੀ ਬਾਬਾ RAM ਸਿੰਘ ਦੀ ਜਿਹੜੀ ਮੌਤ ਹੈ ਇਹ ਕਿੱਥੇ ਹੋਈ ਸੀ ਲਾਹੌਰ ਦਿੱਲੀ ਰੰਗੂਨ ਜਾਂ ਲੰਡਨ ਤਾਂ ਬਾਬਾ RAM ਸਿੰਘ ਦੀ ਜਿਹੜੀ ਮੌਤ ਹੈ ਇਹ ਹੁੰਦੀ ਹੈ ਰੰਗੂਨ ਦੇ ਵਿੱਚ ਸੀ ਇੱਥੇ கரੈਕਟ ਆਨਸਰ ਬਣੇਗਾ ਆਪਸ਼ਨ ਨੰਬਰ ਸੀ ਨੈਕਸਟ ਗਦਰ ਅਖਬਾਰ ਦੇ ਸੰਪਾਦਕ ਕੌਣ ਸਨ ਲਾਲਾ ਹਰਦਿਆਲ ਬਾਬਾ ਸੋਨ ਸਿੰਘ ਪਕਣਾ ਰਾਸ ਬਿਆਰੀ ਬੋਸ ਜਾਨ ਲਾਲਾ ਲਾਜਪਤ ਰਾਏ ਤਾਂ ਇੱਥੇ ਜਿਹੜਾ ਕਰੈਕਟ ਆਨਸਰ ਬਣੇਗਾ ਉਹ ਬਣੇਗਾ ਆਪਸ਼ਨ ਨੰਬਰ ਯਾਨਕਿ ਲਾਲਾ ਹਰਦਿਆਲ ਗਦਰ ਅਖਬਾਰ ਦੇ ਸੰਪਾਦਕ ਕੌਣ ਸਨ ਤਾਂ ਪੇਪਰ ਵਿੱਚ ਤੁਸੀਂ ਆਨਸਰ ਟਿੱਕਾ ਕਵਣਾ ਲਾਲਾ ਹਰਦਿਆਲ ਇੱਕ ਹੋਰ ਮੈਂ ਤੁਹਾਨੂੰ ਪੁਆਇੰਟ ਦੱਸਦਾ ਜੇਕਰ ਪੇਪਰ ਦੇ ਵਿੱਚ ਕੋਸ਼ਨ ਬਣੇ ਕੀ ਗਦਰ ਲਹਿਰ ਦੇ ਸਥਾਪਕ ਕੌਣ ਸਨ ਉੱਥੇ ਆਪਸ਼ਨ ਦੇ ਵਿੱਚ ਲਾਲਾ ਹਰਦਿਆਲ ਵੀ ਹੋਵੇ ਐਡ ਬਾਬਾ ਸੋਨ ਸਿੰਘ ਪਕਣਾ ਵੀ ਹੋਵੇ ਤਾਂ ਫਿਰ ਤੁਸੀਂ ਪੇਪਰ ਵਿੱਚ ਆਨਸਰ ਟਿਕ ਕਰਕੇ ਆਉਣਾ ਹੈ ਬਾਬਾ ਸੋਨ ਸਿੰਘ ਪਕੜਾ ਪਕਣਾ ਜਿਹੜੇ ਸਨ ਤਾਂ ਇਹ ਗਦਰ ਜਿਹੜੇ ਗਦਰ ਜਿਹੜੀ ਲਹਿਰ ਹੈ ਇਹਦੇ ਸਥਾਪਕ ਮੰਨੇ ਜਾਂਦੇ ਹਨ ਠੀਕ ਹੈ ਬੜ ਜੇਕਰ ਉੱਥੇ ਆਪਸ਼ਨ ਦੇ ਵਿੱਚ ਬਾਬਾ ਸੋਨ ਸਿੰਘ ਪਕਣਾ ਨਹੀਂ ਹੈ ਤਾਂ ਫਿਰ ਤੁਸੀਂ ਆਨਸਰ ਟਿਕ ਕਰਕੇ ਆਉਣਾ ਹੈ ਲਾਲਾ ਹਰਦਿਆਲ ਲਾਲਾ ਰਾਜਪਤ ਰਾਏ ਨੂੰ ਪੰਜਾਬ ਕੇਸਰੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਐਡ ਪੰਜਾਬ ਦਾ ਸ਼ੇਰ ਵੀ ਕਾ ਚੰਦਾ ਹੈ लाਠੀ ਚਾਰਜ ਦੇ ਵਿੱਚ ਇਹਨਾਂ ਦੀ ਮੌਤ ਹੁੰਦੀ ਹੈ 1928 ਦੇ ਵਿੱਚ ਠੀਕ ਹੈ ਇਸ ਗੱਲ ਨੂੰ ਤੁਸੀਂ ਧਿਆਨ ਵਿੱਚ ਰੱਖਣਾ ਹੈ ਨੈਕਸਟ ਆਪਾਂ ਕੁਸ਼ਨ ਵੱਲ ਮੂਵ ਕਰਦੇ ਹਾਂ ਮਾਈਕਲ ਅਡਵਾਇਰ ਨੂੰ ਕਿਸ ਨੇ ਮਾਰਿਆ ਸੀਗਾ ਬੀਕੇ ਦਾਤ ਨੇ ਸ਼ਹੀਦ ਉਦਮ ਸਿੰਘ ਨੇ ਸਰਦਾਰ ਪਗਤ ਸਿੰਘ ਨੇ ਜਾਂ ਸੁਖਦੇਵ ਨੇ ਤਾਂ ਮਾਈਕਲ ਅਡਵਾਇਰ ਨੂੰ ਕਿਸ ਨੇ ਮਾਰਿਆ ਸੀ ਇਹ ਮਾਰਿਆ ਸੀ ਸ਼ਹੀਦ ਉਦਮ ਸਿੰਘ ਨੇ ਠੀਕ ਹੈ ਬੀ ਇੱਥੇ ਬਿਲਕੁਲ ਸਹੀ ਆਨਸਰ ਬਣੇਗਾ ਮਾਈਕਲ ਅਡਵਾਇਰ ਨੂੰ ਮਾਰਿਆ ਸੀ ਸ਼ਹੀਦ ਉਦਮ ਸਿੰਘ ਨੇ ਨੈਕਸਟ ਕੁਐਸ਼ਨ ਵੱਲ ਆਪਾਂ ਮੂਵ ਕਰਦੇ ਹਾਂ ਹਾਂਜੀ ਨੈਕਸਟ ਆਪਣਾ ਕੁਐਸ਼ਨ ਦਿੱਤਾ ਗਿਆ ਬੱਬਰ ਅਕਾਲੀ ਲੈਰ ਕਿਹੜੀ ਜਗ੍ਹਾ ਤੇ ਹੋਂਦ ਵਿੱਚ ਆਈ ਸੀ ਕਾਦੀਆਂ ਜਲੰਧਰ ਲਾਹੌਰ ਜਾਂ ਹੁਸ਼ਿਆਰਪੁਰ ਤਾਂ ਬੱਬਰ ਅਕਾਲੀ ਰੈਰ ਦੀ ਜਿਹੜੀ ਸਥਾਪਨਾ ਹੈ ਤਾਂ ਇਹ ਕੀਤੀ ਗਈ ਸੀ ਹੁਸ਼ਿਆਰਪੁਰ ਵਿਖੇ ਡੀ ਬਿਲਗੋੜ ਸਹੀ ਆਨਸਰ ਬਣੇਗਾ ਇਹ ਲੈਰ 20ਵੀਂ ਸਦੀ ਵਿੱਚ ਹੋਂਦ ਵਿੱਚ ਆਈ ਸੀ ਠੀਕ ਹੈ ਮੰਤਵ ਇਹਦਾ ਕੀ ਸੀਗਾ ਤਾਂ ਇੱਥੇ ਆਨਸਰ ਬਣੇਗਾ ਆਪਣੇ ਕੋਲ ਹਥਿਆਰਬੰਦ ਕ੍ਰਾਂਤੀ ਕ੍ਰਾਂਤੀ ਨਾਲ ਦੇਸ਼ ਨੂੰ ਆਜ਼ਾਦ ਕਰਾਉਣਾ ਠੀਕ ਹੈ ਹਥਿਆਰਬੰਦ ਕ੍ਰਾਂਤੀ ਰਹੀ ਦੇਸ਼ ਨੂੰ ਆਜ਼ਾਦ ਕਰਾਉਣਾ ਇਹ ਸੀਗਾ ਇਸ ਦਾ ਮੰਤਵ ਤਾਂ ਬੱਬਰ ਅਕਾਲੀ ਲਹਿਰ ਕਦੋਂ ਹੋਂਦ ਵਿੱਚ ਆਉਂਦੀ ਹੈ ਕਿੱਥੇ ਸੌਰੀ ਆਉਂਦੀ ਹੈ ਤਾਂ ਪੇਪਰ ਵਿੱਚ ਤੁਸੀਂ ਆਨਸਰ ਟਿੱਕ ਕਰ ਕਵਣਾ ਹੈ ਹੁਸ਼ਿਆਰਪੁਰ ਵਿੱਚ ਕਦੋਂ ਆਉਂਦੀ ਹੈ 20ਵੀਂ ਸਦੀ ਦੇ ਵਿੱਚ ਨੈਕਸਟ ਵੰਡ ਤੋਂ ਪਹਿਲਾਂ ਸੰਯੁਕਤ ਪੰਜਾਬ ਦੀਆਂ ਕੁੱਲ ਕਿੰਨੀਆਂ ਡਿਵੀਜ਼ਨਾਂ ਸਨ ਯਾਨੀ ਕਿ ਮੰਡਲ ਠੀਕ ਹੈ ਹੁਣ ਵੀ ਵੈਸੇ ਤੁਹਾਨੂੰ ਪਤਾ ਹੈ ਪੰਜ ਮੰਡਲ ਹਨ ਤਾਂ ਪਹਿਲਾਂ ਵੀ ਕਿੰਨੇ ਸਨ ਪਹਿਲਾਂ ਵੀ ਪੰਜ ਮੰਡਲ ਸਨ ਤਾਂ ਹੁਣ ਵੀ ਪੰਜਾਬ ਵਿੱਚ ਕੁੱਲ ਪੰਜ ਡਿਵੀਜ਼ਨ ਹਨ ਸਭ ਤੋਂ ਵੱਡੀ ਡਿਵੀਜ਼ਨ ਪੁੱਛ ਲਈ ਜਾਵੇ ਤਾਂ ਪੇਪਰ ਵਿੱਚ ਤੁਸੀਂ ਆਨਸਰ ਟਿੱਕ ਕਰਕਾਉਣਾ ਹੈ ਜਲੰਧਰ ਡਿਵੀਜ਼ਨ ਜਲੰਧਰ ਜਿਹੜੀ ਡਿਵੀਜ਼ਨ ਹੈ ਇਹ ਸਭ ਤੋਂ ਵੱਡੀ ਹੈ ਸਭ ਤੋਂ ਛੋਟੀ ਡਿਵੀਜ਼ਨ ਪੰਜਾਬ ਦੀ ਪੁੱਛ ਲਈ ਜਾਵੇ ਤਾਂ ਫਿਰ ਪੇਪਰ ਵਿੱਚ ਆਨਸਰ ਟਿੱਕ ਕਰਕਾਉਣਾ ਹੈ ਰੋਪੜ ਕੁੱਲ ਡਿਵੀਜ਼ਨਾਂ ਦੀ ਗਿਣਤੀ ਹੈਗੀ ਆ 5 ਨੈਕਸਟ ਕੁਐਸਚਨ ਵਾਲਾ ਪ੍ਰਮੋਵ ਕਰਦੇ ਹਾਂ ਕਿਰਤੀ ਕਿਸਾਨ ਪਾਰਟੀ ਕਦੋਂ ਹੋਂਦ ਦੇ ਵਿੱਚ ਆਈ ਸੀਗੀ 1925 27 29 ਜਾਂ 26 ਤਾਂ ਕਿਰਤੀ ਕਿਸਾਨ ਪਾਰਟੀ ਕਦੋਂ ਹੋਂਦ ਵਿੱਚ ਆਉਂਦੀ ਹੈ ਇਹ ਆਉਂਦੀ ਹੈ 1927 ਦੇ ਵਿੱਚ B ਇੱਥੇ கரਕਟ ਆਨਸਰ ਬਣ ਜਾਵੇਗਾ ਆਪਸ਼ਨ ਨੰਬਰ B ਨੈਕਸਟ ਇਸ ਵੀਡੀਓ ਦਾ ਲਾਸਟ ਕੁਐਸਚਨ ਦੇਖ ਲੈਂਦੇ ਹਾਂ ਪੰਜਾਬ ਦੀ ਵੰਡ ਸਮੇਂ ਪਾਰਤਾ ਵਾਈਸ ਰਾਏ ਕੌਣ ਸੀਗਾ ਲਾਰਡ ਕੈਨਿੰਗ ਲਾਰਡ ਐਡਲਹੌਜੀ ਕਾਰਨ ਵਾਲਿਸ ਜਾਂ ਮਾਉਂਟ ਬੈਟਰਨ ਤਾਂ ਪੰਜਾਬ ਦੀ ਵੰਡ ਸਮੇਂ ਕਿਹੜਾ ਪਾਰਤਾ ਵਾਇਸਰੇ ਕਿਹਨ ਸੀ ਉਹ ਸੀਗਾ ਲਾਰਡ ਮਾਉਂਟ ਬੈਟਰ ਡ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਡ ਇੱਥੇ 1937 ਦੀ ਗੱਲ ਕੀਤੀ ਜਾ ਰਹੀ ਹੈ ਤਾਂ ਪੰਜਾਬ ਦੀ ਵੰਡ ਸਮੇਂ ਪਾਰ ਦਾ ਵਾਇਸਰੇ ਸੀਗਾ ਲਾਰਡ ਮਾਉਂਟ ਬੈਟਰ ਸੋ ਇਹ ਸੀਗੇ ਕੁਝ ਮਹੱਤਵਪੂਰਨ ਕੁਐਸਚਨ ਸੋ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਪਲੀਜ਼ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਐਂਡ ਜੇਕਰ ਹਾਰਡਫੁਲ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਤੁਸੀਂ ਬਾਤ ਬਾਤ ਸ਼ੇਅਰ ਵੀ ਜਰੂਰ ਕਰਕੇ ਜਾਣਾ ਤਾਂ ਜੋ ਹੋਰਾਂ ਵਿਦਿਆਰਥੀਆਂ ਦੇ ਵੀ ਹਾਰਪ ਹੋ ਸਕੇ